ਇਹਨੂੰ ਛੋਟੀ ਜਿਹੀ ਗੱਲ ਨਹੀਂ ਸਮਝਿਆ ਜਾਣਾ ਚਾਹੀਦਾ। ਹਰਿਆਣੇ ਚ ਸਿੱਖ ਦਾ ਜੋ ਉੱਥੇ ਉਹਨਾਂ ਨੇ ਕੁੱਟਿਆ ਮਾਰਿਆ ਜੋ ਜਲੀਲ ਕੀਤਾ ਹੈ ਤੇ ਜੋ ਹਿਮਾਚਲ ਦੇ ਵਿੱਚ ਸ਼ੁਰੂ ਹੋਇਆ ਇਹ ਛੋਟੀ ਜਿਹੀ ਘਟਨਾ ਹੈ। ਅਸੀਂ ਬੜੀ ਪੀਸਫੁਲ ਚੱਲਣ ਵਾਲੀ ਅਸੂਲ ਪ੍ਰਸਤ ਸਾਡੀ ਜਥੇਬੰਦੀ ਹੈ। ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜਾ ਭਾਈਚਾਰਾ ਬਣਿਆ ਰਹੇ, ਰਿਐਕਸ਼ਨ ਇੱਦਾਂ ਦਾ ਕੋਈ ਪੰਜਾਬ ਵਿੱਚ ਨਾ ਉੱਠੇ। ਅਸੀਂ ਉਸ ਦੇ ਲਈ ਬੜੇ ਪ੍ਰਤੀਬੱਧ ਹੈ ਔਰ ਅਸੀਂ ਅਪੀਲ ਕਰਦੇ ਹਾਂ ਸਰਕਾਰ ਨੂੰ ਕਿ ਇੱਦਾਂ ਦਾ ਜਿਹੜਾ ਆ ਇਹ ਸਮਾਜਿਕ ਭਾਈਚਾਰੇ ਨੂੰ ਤੋੜਨ ਵਾਲੀਆਂ ਗੱਲਾਂ ਜਿਹੜੀਆਂ ਇਹ ਨਹੀਂ ਹੋਣੀਆਂ ਚਾਹੀਦੀਆਂ। ਜਿਹੜੇ ਸ਼ਰਾਰਤੀ ਅਨਸਰ ਹੈ, ਜਿਹੜੇ ਬੀਜੇਪੀ ਦੀ ਬਣੀ ਸਰਕਾਰ ਦੀ ਸ਼ਹਿ ਤੇ ਇਹ ਕੁਝ ਕਰਨ ਲੱਗੇ ਆ ਘੱਟ ਗਿਣਤੀਆਂ ਦੇ ਨਾਲ, ਉਹਨਾਂ ਨੂੰ ਨੱਥ ਪਾਈ ਜਾਵੇ, ਨਹੀਂ ਤਾਂ ਇਹ ਫਿਰ ਅੱਗ ਤਾਂ ਬੜੀ ਦੂਰ ਤੱਕ ਜਾਂਦੀ ਹੈ। 20 ਸਾਲਾਂ ਬਾਅਦ ਡਾਇਰ ਲੰਡਨ ਦੇ ਵਿੱਚ ਮਾਰ ਦਿੱਤਾ ਗਿਆ, 20 ਸਾਲਾਂ ਬਾਅਦ, 40 ਸਾਲਾਂ ਦਾ ਗੁੱਸਾ 1984 ਦਾ ਅੱਜ ਵੀ ਹਰ ਸਿੱਖ ਗੁਰੂ ਨੂੰ ਮੰਨਣ ਵਾਲਾ, ਇਨਸਾਨੀਅਤ ਨੂੰ ਮੰਨਣ ਵਾਲਾ ਆਪਣੇ ਜੀਵਨ ਵਿੱਚ ਲਈ ਫਿਰਦਾ। ਇਹ ਪਤਾ ਥੋੜੀ ਹੈ ਕਿਹਨੇ ਬਾਬਾ ਜੱਗੀ ਬਣ ਜਾਣਾ, ਇਹ ਪਤਾ ਥੋੜੀ ਹੈ ਕਿਹਨੇ ਬੀਬੀ ਕੁਲਵਿੰਦਰ ਕੌਰ ਬਣ ਕੇ ਕੰਗਣਾ ਦੀ ਚਪੇੜ ਮਾਰ ਦੇਣੀ ਹੈ। ਇਹ ਸਿੱਖਾਂ ਦੇ ਵਿੱਚ ਕੀ ਪਤਾ ਥੋੜੀ ਹੈ ਕਿ ਕਿਹਨੇ ਮੱਸੇ ਲੱਕੜ ਦਾ ਸਿਰ ਲਾਉਣ ਚਲੇ ਜਾਣਾ ਹੈ। ਉਹਨਾਂ ਨੂੰ ਕੋਈ ਸਪੈਸ਼ਲ ਤਾਂ ਕਿਸੇ ਨੇ ਕਿਹਾ ਨਹੀਂ ਹੁੰਦਾ। ਮਤਲਬ ਇਹ ਸਿੱਖ ਜੀਵਨ ਦੇ ਵਿੱਚ ਗੁਰੂ ਦੇ ਫਲਸਫੇ ਦੀ ਜਿਹੜਾ ਸਰਬੱਤ ਭਲੇ ਦਾ ਫਲਸਫਾ ਹੈ ਉਹ ਗੁਰੂ ਦੇ ਫਲਸਫੇ ਦੇ ਚੱਲਣ ਵਾਲੇ ਲੋਕ ਇਹ ਰੱਖਦੇ ਕਿ ਜਦੋਂ ਹਨੇਰੀ ਝੁਲ ਜਾਵੇ ਫਿਰ ਉਹਨਾਂ ਨੂੰ ਮੋੜਿਆ ਨਹੀਂ ਜਾ ਸਕਦਾ। ਔਰ ਸਾਡੀ ਸਰਕਾਰ ਦੇ ਅੱਗੇ ਅਪੀਲ ਹੈ ਕਿ ਇਹ ਜਿਹੜਾ ਭਾਈਚਾਰਾ ਉਹਨੂੰ ਕਾਇਮ ਰੱਖਣ ਦੇ ਲਈ ਇੱਦਾਂ ਦੀਆਂ ਜਿਹੜੀਆਂ ਹਰਕਤਾਂ ਵਾਰਦਾਤਾਂ ਬੰਦ ਕੀਤੀਆਂ ਜਾਣ, ਜਿਹੜੀਆਂ ਕਿ ਬਹੁਤ ਜ਼ਰੂਰੀ ਹੈ। ਇਸ ਤੋਂ ਅੱਗੇ ਅਸੀਂ ਜਿਹੜੀਆਂ ਵੀ ਪੰਜਾਬ ਦੇ ਵਿੱਚ 22 ਇਲੈਕਸ਼ਨ ਹੋਣਗੀਆਂ, ਸ਼੍ਰੋਮਣੀ ਅਕਾਲੀ ਦਲ ਉਹਨਾਂ 22 ਇਲੈਕਸ਼ਨਾਂ ਦੇ ਵਿੱਚ ਆਪਣੇ ਉਮੀਦਵਾਰ ਖੜੇ ਕਰੇਗਾ ਔਰ ਅਸੀਂ ਉਹ ਚੋਣਾਂ ਲੜਾਂਗੇ ਜਿਹੜੀਆਂ ਬਾਕੀ 4 ਵੀ ਹੋਣਗੀਆਂ। ਇਸ ਤੋਂ ਅੱਗੇ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਅਸੂਲ ਪ੍ਰਸਤ ਸਾਡਾ ਦਲ ਜਿਹਨੇ ਪਹਿਲਾਂ 40 ਸਾਲਾਂ ਤੋਂ ਸੰਘਰਸ਼ ਕਰਦਾ ਆ ਰਿਹਾ ਉਵੇਂ ਸੰਘਰਸ਼ ਜਾਰੀ ਰਹੇਗਾ, ਸੰਘਰਸ਼ ਕਰਦਾ ਰਹੇਗਾ ਤੇ ਅਸੀਂ ਬਹੁਤ ਜਲਦ ਆਪਣੀ ਜਥੇਬੰਦੀ ਨੂੰ ਹੋਰ ਮਜ਼ਬੂਤ ਬਣਾਉਣ ਜਾ ਰਹੇ ਹਾਂ। ਅਸੀਂ ਇਹ ਭਰਮ ਭੁਲੇਖੇ ਕੱਢ ਦੇਣਾ ਚਾਹੁੰਦੇ ਹਾਂ ਜਿਹੜੇ ਲੋਕ ਪਤਾ ਨਹੀਂ ਕਿੱਦਾਂ ਦੀਆਂ ਕਿਆਸ ਰਾਈਆਂ ਲਾਈ ਬੈਠੇ ਆ। ਅਸੀਂ ਨਹੀਂ ਕਿਸੇ ਦੀਆਂ ਕਿਆਸ ਰਾਈਆਂ, ਕੋਈ ਦਮ ਨਹੀਂ, ਕੋਈ ਗੱਲ ਨਹੀਂ ਜਿਹੜੀ ਗੱਲ ਉੜਦੀ ਫਿਰਦੀ ਹੈ। ਅਸੀਂ ਬਹੁਤ ਜਲਦੀ ਪਾਰਟੀ ਦੇ ਵਿੱਚ ਸਾਡੀਆਂ ਵੱਡੀਆਂ ਨਿਯੁਕਤੀਆਂ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਕਰਨ ਜਾ ਰਹੇ ਨੇ ਔਰ ਅਸੀਂ ਪਾਰਟੀ ਦੇ ਵੱਖ ਵੱਖ ਮਸਲਿਆਂ ਦੇ ਬੋਰਡ ਜਿਹੜੇ ਆ ਇਸਟੈਬਲਿਸ਼ ਕਰਾਂਗੇ। ਪਾਰਟੀ ਦੇ ਹਰ ਸੀਨੀਅਰ ਆਗੂ ਨੂੰ ਬੋਰਡ ਦਾ ਚੇਅਰਮੈਨ ਜਾਂ ਉਹਨਾਂ ਬੋਰਡਾਂ ਦੇ ਮੈਂਬਰ ਲਾਏ ਜਾਣਗੇ ਔਰ ਅਸੀਂ ਜਿਹੜੇ ਸਮਰਪਿਤ ਨੇ ਪਾਰਟੀ ਜਥੇਬੰਦੀ ਉਹਨਾਂ ਸਾਰੇ ਵਰਕਰਾਂ ਦੇ ਆਗੂਆਂ ਦਾ ਬਹੁਤ ਸਤਿਕਾਰ ਕਰਦੀ ਹੈ ਔਰ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦਾ ਇਹ ਵੀ ਫਲਸਫਾ ਹੈ ਕਿ ਅਸੀਂ ਸਾਰਿਆਂ ਨੂੰ ਸਤਿਕਾਰ ਦੇ ਕੇ ਔਰ ਪੰਜਾਬ ਦੇ ਵਿੱਚ ਅਸੀਂ 227 ਸਾਡੇ ਨਿਸ਼ਾਨੇ ਤੇ 227 ਦੇ ਵਿੱਚ ਪਹਿਲੀ ਦਫ਼ਾ ਪੰਜਾਬ ਦੇ ਵਿੱਚ ਇੰਨੇ ਚਿਰਾਂ ਤੋਂ ਬਾਅਦ 2002 ਤੋਂ ਬਾਅਦ ਦੁਬਾਰਾ 227 ਦੇ ਚੋਣਾਂ 25 ਸਾਲਾਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ MLA ਜਿਹੜੇ ਆ ਉਹ ਵਿਧਾਨ ਸਭਾ 'ਚ ਜਾਣਗੇ ਤੇ ਅਸੀਂ ਪੰਥ ਕੌਜ ਦੀ, ਪੰਜਾਬ ਦੇ ਕੌਜ ਦੀ, ਸਿੱਖ ਕੌਜ ਦੀ ਅਸੀਂ ਗੱਲ ਬੜੀ ਬੁਲੰਦੀ ਦੇ ਨਾਲ ਉਠਾਵਾਂਗੇ। ਇਸ ਤੋਂ ਅੱਗੇ 21 ਤਰੀਕ ਨੂੰ ਵਿਸ਼ਵ ਗੱਤਕਾ ਦਿਵਸ ਹੈ, 21 ਤਰੀਕ ਨੂੰ ਤੇ ਅਸੀਂ ਪੰਜਾਬ ਪੱਧਰ ਦਾ ਉਹ ਦਿਵਸ ਇੱਥੇ ਜਲੰਧਰ ਮਨਾਵਾਂਗੇ ਤੇ ਜਲੰਧਰ ਵੀ ਇਹ ਸਾਡੇ ਕੈਂਡੀਡੇਟ ਸਾਹਿਬ ਆ ਔਰ ਮੈਂ ਦੱਸਣਾ ਚਾਹੁੰਦਾ ਬੜੀ ਖੁਸ਼ੀ ਦੇ ਨਾਲ ਇਹ 6 ਇਹਨਾਂ ਨੇ ਗੋਲਡ ਮੈਡਲ ਇੰਟਰਨੈਸ਼ਨਲ ਤੇ ਗੱਤਕਾ ਦੇ ਵਿੱਚ ਜਿੱਤੇ ਹੋਏ ਤੇ ਅਸੀਂ ਪਾਰਟੀ ਦੀ ਜ਼ਿੰਮੇਵਾਰੀ ਇਹਨਾਂ ਨੂੰ ਦਿੱਤੀ ਹੈ। ਇਹ ਫਿਰ ਆਪਣੇ ਹਲਕੇ ਦੇ ਵਿੱਚ ਉਸ ਦਿਨ ਇਹ ਅਰੇਂਜ ਕਰ ਰਹੇ ਨੇ ਤੇ ਉਸ ਦਿਨ ਸਤਿਗੁਰੂ ਕਬੀਰ ਜੀ ਦਾ
ਜਨਮ ਦਿਹਾੜੇ ਦਾ ਉਹਨਾਂ ਦੇ ਦਿਵਸ ਦਾ ਉਸ ਦਿਨ ਨਗਰ ਕੀਰਤਨ ਵੀ ਹੈ ਔਰ ਸਤਿਗੁਰੂ ਕਬੀਰ ਜੀ ਦੇ ਜਿਹੜਾ ਨਗਰ ਕੀਰਤਨ ਹੈ ਉਹਨਾਂ ਨੇ ਸਾਨੂੰ ਅਪਰੋਚ ਕੀਤਾ ਅਸੀਂ ਉਹਨਾਂ ਨੂੰ ਮਿਲੇ ਹਾਂ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੇ ਨਗਰ ਕੀਰਤਨ ਦੀ ਸ਼ੋਭਾ ਵਧਾਓ ਸਾਡੇ ਨਗਰ ਕੀਰਤਨ ਦੇ ਵਿੱਚ ਇੱਕ ਜਗ੍ਹਾ ਆਪਾਂ ਸਾਰਾ ਇਕੱਠ ਕਰਦੇ ਹਾਂ ਉੱਥੇ ਹੀ ਗੱਤਕਾ ਦਿਵਸ ਮਨਾਇਆ ਜਾਵੇ ਔਰ ਇਹ ਬੜੀ ਖੁਸ਼ੀ ਦੀ ਗੱਲ ਹੈ ਸਿੱਖ ਤਾਂ ਗੱਤਕਾ ਦਿਵਸ ਮਨਾਉਂਦੇ ਆ ਔਰ ਇਹ ਜਿਹੜਾ ਗੁਰੂ ਕਬੀਰ ਸਤਿਗੁਰੂ ਕਬੀਰ ਜੀ ਨੂੰ ਮੰਨਣ ਵਾਲੀ ਜਿਹੜੀ ਸੰਗਤ ਹੈ ਉਹਨਾਂ ਦਾ ਇਹ ਮੰਨ ਲਓ ਉਪਰਾਲਾ ਤੇ ਉਹਨਾਂ ਦਾ ਭਾਈ ਸਾਹਿਬ ਨੂੰ ਅਪਰੋਚ ਕਰਨਾ ਇਹ ਗੱਲ ਦਰਸਾਉਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਰਕਰ ਤੇ ਆਗੂ ਆ ਇਹ ਆਪਸੀ ਭਾਈਚਾਰਾ ਕਿੱਡਾ ਪੀੜਾ ਕਰਕੇ ਰੱਖਦੇ ਆ ਔਰ ਅਸੀਂ ਉਸ ਅੱਗੇ ਲੈ ਕੇ ਵਧਣਾ ਚਾਹੁੰਦੇ